ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ BVK ਬਲੌਗ ਦੀ ਸ਼ੁਰੂਆਤ ਕਰ ਲੱਗੇ ਹਾਂ ਨੈਕਸਟ ਬਲੌਗ ਦੀ ਅੱਜ ਅਸੀਂ ਆਏ ਹਾਂ ਨਕੋਦਰ ਡੇਰਾ ਬਾਬਾ ਮੁਰਾਦ ਸ਼ਾਹ ਜੀ ਲਾਡੀ ਸਾਈ ਜੀ ਦੇ ਡੇਰੇ ਵਿੱਚ ਆਏ ਹਾਂ ਮੈਂ ਮੋਹਿਤ ਉਦੇ ਗੱਡੀ ਪਾਰਕਿੰਗ ਹੋ ਚੁੱਕੀ ਹੈ ਜੀ ਅਤੇ ਹੁਣ ਅਸੀਂ ਚੱਲੇ ਹਾਂ ਡੇਰੇ 'ਚ ਅਤੇ ਤੁਹਾਨੂੰ ਦਿਖਾਉਣੇ ਵੀ ਉਹ ਡੇਰੇ ਦਾ ਦਰਸ਼ਨ ਕਰਾਉਣੇ ਸਾਰਿਆਂ ਨੂੰ ਬਣੇ ਰਹੋ ਵੀਡੀਓ ਦੇ ਨਾਲ ਮੋਹਿਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹਾਂ ਡੇਰਾ ਮੁਰਾਦ ਸ਼ਾਹ ਨਕੋਦਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪਹਿਲਾਂ ਰਸਤੇ ਦਾ ਵਿਊ ਤਾਂ ਤੁਸੀਂ ਦੇਖ ਚੁੱਕੇ ਹੋ ਹੁਣ ਤੁਸੀਂ ਅੰਦਰ ਡੇਰੇ ਦੇ ਵਿਊ ਦਿਖਾਉਂਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਜਿਵੇਂ ਕਿ ਵੀਰੇ ਆਪਣੇ ਮੋਹਿਤ ਨੇ ਦੱਸਿਆ ਕਿ ਅੱਜ ਆਪਾਂ ਪਹੁੰਚੇ ਹਾਂ ਮੁਰਾਦ ਸ਼ਾਹ ਬਾਬਾ ਡੇਰਾ ਜੀ ਦੇ ਨਕੋਦਰ ਅਤੇ ਵੀਰੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਬਾਬਾ ਜੀ ਦੇ ਓਕੇ ਜੀ ਜੈ ਸਾਈ ਜੀ ਲਓ ਜੀ ਅਸੀਂ ਜਾ ਰਹੇ ਹਾਂ ਡੇਰੇ ਦੇ ਅੰਦਰ ਹੁਣ ਅਤੇ ਕਰਾਉਂਦੇ ਹਾਂ ਤੁਹਾਨੂੰ ਦਰਸ਼ਨ ਸਾਰਿਆਂ ਭਰਾਵਾਂ ਨੂੰ ਸੰਗਤ ਬਹੁਤ ਆਈ ਹੋਈ ਹੈ ਅੱਜ ਜਿਵੇਂ ਤੁਹਾਨੂੰ ਪਤਾ ਵੀ ਇੱਥੇ ਵੀਰਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਨਾ ਸੰਗਤ ਬਹੁਤ ਆਉਂਦੀ ਹੈ ਅੱਜ ਸ਼ਨੀਵਾਰ ਦਿਨ ਹੈ ਅਤੇ ਫਿਰ ਵੀ ਦੇਖੋ ਸੰਗਤ ਬਹੁਤ ਜ਼ਿਆਦਾ ਅਤੇ ਹੁੰਮ ਹੁਮਾ ਕੇ ਪਹੁੰਚੀ ਹੈ ਦਰਸ਼ਨ ਕਰਨ ਦੇ ਲਈ ਸਾਈਂ ਦੇ ਡੇਰੇ ਦੀ ਹੈ ਨਾ ਜਿਵੇਂ ਸੁੱਖੀ ਨੇ ਤੁਹਾਨੂੰ ਦੱਸਿਆ ਕਿ ਅੱਜ ਬਹੁਤ ਜ਼ਿਆਦਾ ਇਕੱਠ ਹੈ ਅੱਜ ਅਸੀਂ ਆਏ ਫਗਵਾੜੇ ਸੀ ਡਰੈੱਸਾਂ ਲੈਣ ਅਤੇ ਚਲੋ ਸੋਚਿਆ ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ 'ਤੇ ਦਰਸ਼ਨ ਕਰ ਜਾਈਏ ਅਤੇ ਬਾਬਾ ਜੀ ਨੇ ਸਾਨੂੰ ਖੁਦ ਬੁਲਾਇਆ ਦਰਸ਼ਨ ਲਈ ਤਾਂ ਸਾਹਮਣੇ ਦੇਖੋ ਇਹ ਜੂੜਾ ਘਰ ਆ ਜੀ ਇੱਧਰ ਗੇਟ ਆ ਗਿਆ ਐਂਟਰੀ ਅਤੇ ਅਸੀਂ ਗੇਟ ਦੇ ਐਂਟਰ ਹੁੰਦੇ ਹਾਂ ਤਾਂ ਦੇਖੋ ਜੀ ਅੱਜ ਬਹੁਤ ਨਵੇਂ ਡਿਜ਼ਾਇਨ ਦੇ ਗੇਟ ਲੱਗੇ ਆ ਪਹਿਲਾਂ ਇਹ ਸਭ ਨਹੀਂ ਸੀ ਤਾਂ ਥੋੜ੍ਹੇ ਟਾਈਮ ਦੇ ਵਿੱਚ ਹੀ ਬਾਬਾ ਜੀ ਦੇ ਡੇਰੇ ਦੀ ਬਹੁਤ ਜ਼ਿਆਦਾ ਰੌਣਕਾਂ ਵੱਧ ਰਹੀਆਂ ਇਹ ਸਾਹਮਣੇ ਫਰੰਟ ਗੇਟ ਆ ਜੀ ਦੇਖੋ ਕਰੋ ਦਰਸ਼ਨ ਜੀ ਬਾਬਾ ਮੁਰਾਦ ਸ਼ਾਹ ਜੀ ਗੇਟ ਦੇ ਉੱਪਰ ਫਰੰਟ ਤੁਸੀਂ ਦੇਖ ਰਹੇ ਹੋ ਅਤੇ ਉੱਪਰ ਦਾ ਵਿਊ ਦੇਖੋ ਜੀ ਜੂਮ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਹੁਣ ਅਸੀਂ ਗੇਟ ਦੀ ਐਂਟਰੀ ਕਰਨ ਲੱਗੇ ਹਾਂ ਸਾਹਮਣੇ ਗੇਟ ਆਹ ਦੇਖੋ ਜੀ ਡੇਰੇ ਦੇ ਵਿਊ ਅੱਗੇ ਤੁਹਾਨੂੰ ਸੁੱਖੀ ਦੱਸੂਗਾ ਜੀ ਅਸੀਂ ਹੋ ਗਿਆ ਜੀ ਅੰਦਰ ਐਂਟਰ ਹੁਣ ਦਰਬਾਰ 'ਚ ਦੇਖੋ ਵਿਊ ਦਰਬਾਰ ਦੀਆਂ ਗੱਡੀਆਂ ਨੇ ਜੀ ਜੋ ਸਾਈਂ ਜੀ ਦੇ ਡੇਰੇ 'ਚ ਵਿੱਚ 786 ਉਹ ਵੀ 786 ਜੀ ਸਾਈਂ ਜੀ ਦੀ ਅਪਾਰ ਕਿਰਪਾ 786 ਨੰਬਰ ਦੀ ਕਰੋ ਦਰਸ਼ਨ ਸਾਰੇ ਮੋਹਿਤ ਕੈਸਾ ਲੱਗ ਰਿਹਾ ਹੈ ਵਧੀਆ ਇਹ ਆ ਜੀ ਡੇਰੇ ਦੀ ਖੂਬਸੂਰਤੀ ਲਈ ਬਣਾਏ ਗਏ ਖੂਹ ਦੇ ਡਿਜ਼ਾਇਨ ਅਤੇ ਉੱਪਰ ਗਮਲੇ ਬਹੁਤ ਹੀ ਸੁੰਦਰ ਲੱਗ ਰਹੇ ਨੇ ਸਾਹਮਣੇ ਗੇਟ ਦਾ ਵਿਊ ਅਤੇ ਹੁਣ ਅਸੀਂ ਦੂਸਰੇ ਗੇਟ ਐਂਟਰ ਹੋ ਚੁੱਕੇ ਸਾਹਮਣੇ ਦੇਖੋ ਜੀ ਦਰਬਾਰ ਸਾਹਿਬ ਦੇ ਅੰਦਰ ਇਹ ਹੈ ਜੀ ਪਾਣੀ ਦੀ ਟੈਂਕੀ ਜਿੱਥੇ ਲੋਕ ਸਾਰੀ ਸੰਗਤ ਹੱਥ ਪੈਰ ਧੋ ਕੇ ਅੰਦਰ ਜਾ ਰਹੇ ਨੇ ਮੋਹਿਤ ਉਦੇ ਅਤੇ ਦੇਖੋ ਸਾਹਮਣੇ ਇਹ ਆ ਗੇਟ ਜਿਸ 'ਤੇ ਅਸੀਂ ਐਂਟਰ ਹੋ ਕੇ ਅੰਦਰ ਆਏ ਹਾਂ ਜੀ ਉਹ ਦੂਸਰਾ ਗੇਟ ਸੀ ਹੁਣ ਚਲੋ ਲੈ ਕੇ ਚੱਲਦੇ ਹਾਂ ਦਰਬਾਰ ਦੇ ਅੰਦਰ ਬਿਲਕੁਲ ਕਰਾਉਣੇ ਦਰਸ਼ਨ ਤੁਹਾਨੂੰ ਹੁਣ ਸਾਈਂ ਜੀ ਦੇ ਅੰਦਰ ਦੋਸਤੋ ਡੇਰੇ ਦੇ ਅੰਦਰ ਪਿੱਕ ਵਗੈਰਾ ਵੀਡੀਓ ਵਗੈਰਾ ਨਹੀਂ ਬਣਾਉਣ ਦਿੰਦੇ ਅਤੇ ਅਸੀਂ ਇਸ ਲਈ ਅੰਦਰ ਵਿਊ ਬਣਾ ਨਹੀਂ ਸਕੇ ਅਤੇ ਮਾਫ ਕਰਨਾ ਇਹ ਦੇਖੋ ਕਿੰਨਾ ਸੋਹਣਾ ਸੁੰਦਰ ਨਜ਼ਾਰਾ ਚੰਡੀਗੜ੍ਹ ਕੀ ਰੀਸ ਕਰੋ ਯਾਰ ਡੇਰੇ ਬਾਬਾ ਮੁਰਾਦ ਸ਼ਾਹ ਜੀ ਹੈ ਦੇਖੋ ਕਿੰਨਾ ਸੋਹਣਾ ਵਿਊ ਬਣ ਰਿਹਾ ਮੋਹਿਤ ਕੈਸਾ ਲੱਗ ਰਿਹਾ ਲੱਗਿਆ ਵਿਊ ਫਿਰ ਬਹੁਤ ਵਧੀਆ ਲੱਗਿਆ ਦੇਖੋ ਵਿਊ ਦੋਸਤੋ ਦੇਖੋ ਉਹਦੇ ਜਿਵੇਂ ਕਿ ਵੀਰੇ ਤੁਹਾਨੂੰ ਪਤਾ ਹੀ ਆ ਕਿ ਡੇਰਾ ਬਾਬਾ ਮੁਰਾਦ ਸ਼ਾਹ ਜੀ ਦਾ ਵਿਊ ਵੀਰੇ ਕਿਸ ਇਨਸਾਨ ਨੂੰ ਨਹੀਂ ਵਧੀਆ ਲੱਗਦਾ ਤਾਂ ਵੀਰੇ ਬਹੁਤ ਮਨ ਨੂੰ ਤਸੱਲੀ ਮਿਲੀ ਆ ਤਾਂ ਤੁਸੀਂ ਵੀ ਕਰੋ ਵੀਰੇ ਦਰਸ਼ਨ ਸਾਡੀ ਯੂਟਿਊਬ ਚੈਨਲ 'ਤੇ BVK ਬਲੌਗ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਡੇਰਾ ਬਾਬਾ ਮੁਰਾਦ ਸ਼ਾਹ ਦੀ ਵੀਡੀਓ ਜੋ ਦਿਲੋਂ ਬਾਬਾ ਜੀ ਨੂੰ ਪਸੰਦ ਕਰਦੇ ਨੇ
ਤੇ ਹੁਣ ਸਾਡੇ ਬਾਈ ਜੀ ਵੀਰੇ ਦੱਸਣਗੇ ਬਾਈ ਜੀ ਕਿੱਦਾਂ ਦਾ ਫੀਲ ਹੁੰਦਾ ਤੁਹਾਨੂੰ ਇੱਥੇ ਆ ਕੇ ਸਵਰਗ ਠੀਕ ਹੈ ਜੀ लो जी अभी दर्शन मेला कर लिया तो हम अभी वापस आ रहे हैं बाहर देखो कितनी संगत दर्शन के लिए आए हुए हैं अब दर्शन करने लिए पहुंची हुई है संगत बहुत ज़्यादा कहते हैं कि इतने वीरवार में ज़्यादा रश होता है वीरवार नहीं इतने सदा ही बहुत ज़्यादा रश होता संगत बहुत पहुंचती है। लो जी बाबा महाराज शाह जी के डेरे विचों आए हैं अभी दर्शन करके हम वापस हम तुम उधरले डेरे लैके चलते हैं बिक्की साई के डेरे के वो भी तुम दर्शन कराने चलते हैं जी उ मोहित। हाँ जी अज असी पहुंचे सीगे बाबा महाराज शाह जी के डेरे चो हम वापसी असी जा रहे हैं वह बिक्की साई जी के डेरे च भुल गया जी बाबा लाल बादशाह जी कह लग्या जी चलो रश बहुत सी यार उत्थे थोड़ा पजल जे हो गए कोई गल नहीं मोहित यार चलो मिलते हैं फिर अपना उधर कितना लगे दर्शन करके भाई जी आए सब लड़ लो कि फिर स्वर्ग का झूठ ही ले लिया बापू के दर्शन ना जाके जय साईं जी जय साईं जी ते बाबा वीरे मौका दिंदा रहे आपके दरबार से बुला रहे सारिया संगतां नूं जिन्ने वीर साडे ब्लॉग देखदे आ वीरे आया करो वीरे सारे टाइम जो टाइम कढ़ के है ना। हाँ जी भाई दर्शन करके आया करो रश इत वह बहुत ज्यादा रश हों संगत बहुत आती है इतना भी लो जी आप एंटर हो गए साईं जी के डेरे विक्की साईं जी देखो लंगर जी नहीं करता